ਗੁੱਡ ਮਾਰਨਿੰਗ ਫਰੈਂਡਸ, ਕਿਵੇਂ ਸਾਡੇ? ਵੈਲਕਮ ਬੈਕ ਟੂ ਆਰ ਚੈਨਲ ਸੀਰੀਜ਼ ਵਿਦ ਫਤਿਹ ਫੈਮ। ਤੇ ਅੱਜ ਅਸੀਂ ਚੱਲੇ ਸਕੂਲ, ਤੇ ਅੱਜ ਸਾਡਾ ਮਤਲਬ ਮੇਰੀ 8th ਕਲਾਸ ਦਾ ਲਾਸਟ ਵਰਕਿੰਗ ਡੇ, ਤੇ ਕਿਉਂਕਿ ਹੁਣ ਸਾਡੇ ਐਗਜ਼ਾਮ ਸ਼ੁਰੂ ਹੋ ਜਾਣਗੇ ਤੇ ਫਤਿਹ ਦਾ ਵੀ ਹੈ ਲਾਸਟ, ਉਹਦੀ 4th ਕਲਾਸ ਦਾ ਲਾਸਟ ਵਰਕਿੰਗ ਡੇ। ਤੇ ਹੁਣ ਮਤਲਬ ਸਾਡੀ 8th ਕਲਾਸ ਖਤਮ ਹੋ ਗਈ ਤੇ ਹੁਣ ਅਸੀਂ ਜਾਵਾਂਗੇ ਸਿੱਧਾ 9th ਦੇ ਵਿੱਚ। ਫਤਿਹ ਸਤਿ ਸ਼੍ਰੀ ਅਕਾਲ ਕਰੋ ਪਹਿਲਾਂ। ਚੀਕੂ ਹੋ ਗਿਆ ਪਲੱਸ ਟੂ ਦੇ ਵਿੱਚ, ਚੀਕੂ ਚੀਕੂ ਪਲੱਸ ਟੂ ਚ ਹੋ ਗਿਆ। ਚੀਕੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ। ਸੁਣੇ ਚੀਕੂ ਕੋਲ ਆਉਂਦੀ ਆ, ਟਿਫਨ ਲੈ ਗਈ ਤੇ ਉਹ ਖੋਂਦਾ ਪਿਆ, ਮੈਨੂੰ ਦਿਓ ਤੇਰਾ ਟਿਫਨ। ਕਿਉਂ ਨੀ ਤੂੰ ਤੇ ਘਰ ਹੀ ਰਹਿਣਾ, ਤੂੰ ਕਿਹੜੇ ਸਕੂਲ ਜਾਣਾ? ਕੋਕੀ ਉਹ ਤਾਡੀ ਨੂੰ ਉੱਲੂ ਦੇ ਪੱਠੇ। ਚੀਕੂ ਤੇਰੀ ਗੋਗੋ ਨੀ ਹੈਗੀ, ਤੈਨੂੰ ਗੋਗੋ ਨੀ ਮਿਲਣੀ, ਤੇਰਾ ਦੂਜਾ ਫੂਡ ਏ, ਸਪੈਸ਼ਲ ਫੂਡ ਏ। ਅਸੀਂ ਖਾਂਦੇ ਆ ਸਿੰਪਲ ਰੋਟੀ, ਤੈਨੂੰ ਮਿਲਦਾ ਸਪੈਸ਼ਲ ਫੂਡ। ਹਜੇ ਨੀ, ਅਜੇ ਟਾਈਮ ਨੀ ਹੋਇਆ। ਚੀਕੂ ਦਾ ਟਾਈਮ ਹੈਗਾ 9 ਵਜੇ। ਚੀਕੂ ਦੀ ਬੇਬੀ ਛੁੱਛੂ ਕਰਤਾ ਬੈਡ ਤੇ ਬੇਥਲਮ। ਕੀ ਲੱਭਦੇ ਪਏ ਹੁਣ ਫਤਿਹ? ਬੱਚੀ ਕਿਹਦੀ ਆ? ਮੰਮਾ ਦੀ ਹੋਣੀ ਸੀਰਤ। ਛੋਟੇ ਬੱਚੇ ਐਵੇਂ ਦੀ ਪਾਉਂਦੇ ਨੇ? ਇਹ ਪਾਰਟੀ ਵੀਅਰ ਵਾਚਿਸ ਨੇ ਬੇਟਾ। ਬੱਚੀ ਆਪਾਂ ਪਹਿਲਾਂ ਰੱਖ ਦਿੰਦੇ ਹਾਂ, ਉਦੋਂ ਬਾਅਦ ਸਾਨੂੰ ਪਤਾ ਨਹੀਂ ਆਪਾਂ ਕਿੱਥੇ ਰੱਖੀਏ, ਫਿਰ ਪੁੱਛਦੇ ਦੂਜਿਆਂ ਨੂੰ। ਮੈਂ ਇੱਥੇ ਰੱਖੀ ਸੀ ਬੇਟਾ, ਜਿੰਨੇ ਰੱਖੀ ਉਹਨੂੰ ਪਤਾ ਹੁੰਦਾ ਸੀ, ਜਿੰਨੇ ਦੂਜਿਆਂ ਨੂੰ ਪਤਾ ਹੋਏਗਾ। ਸੀਰਤ ਜਲਦੀ ਕਰ ਬੱਚੀ, ਫਤਿਹ ਵੇਟ ਦੀਦੀ ਨੂੰ ਆ ਲੈਂਦੇ, ਦੀਦੀ ਨੂੰ ਆ ਲੈਂਦੋ। ਆ ਜਾ ਆ ਜਾ ਮੋਟੂ ਜੀ, ਜਲਦੀ ਆ ਜਾ। ਬਾਏ 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 ਬਾਏ, ਧਿਆਨ ਨਾਲ ਰੋਡ ਵੇਖ ਕੇ ਕ੍ਰੋਸ ਕਰਿਆ ਕਰੋ। ਦੀਦੀ ਚਲੇ ਗਈ ਨੀ ਸਕੂਲੇ, ਚਲੋ ਆਪਣੇ ਰੂਮ ਵਿੱਚ, ਚੱਲ ਤੈਨੂੰ ਬੈਡ ਤੇ ਸੁਆਵਾਂ, ਸੋ ਜਾਣ ਥੋੜੀ ਦੇਰ, ਠੀਕ ਹੈ? ਠੰਡ ਹੋ ਗਈ ਅੱਜ, ਹਨਾ ਬਾਹਰ ਠੰਡ ਲੱਗਦੀ ਵੀ ਏ। ਕੀ ਕਰਦੇ ਸੀ ਮੇਰੇ ਬੱਚੂ, ਤੂੰ ਛੱਪ ਲੈ ਕੇ ਬੈਠਾ ਸੀ, ਤੂੰ ਛੱਪ ਮਾਰ ਦੇਣਾ। ਮਾਰ ਪੰਜਾ ਮਾਰ ਕੇ, ਮਾਰਦੇ ਸੱਪ ਨੂੰ, ਮਾਰ ਦੇ ਤੇਰੀ ਓ ਤੇਰੀ ਓ ਤੇਰੀ ਓ ਤੇ। ਚਲੋ ਲੈ ਮੇਰੇ ਲੱਡੂ, ਲੱਡੂ ਆ ਗਏ ਯਾਰ, ਮੇਰਾ ਮਨ ਖਰਾਬ ਹੋ ਗਿਆ। ਕਾਤੋਂ ਭੁੱਖ ਬੜੀ ਲੱਗੀ ਏ, ਮੈਨੂੰ ਪਤਾ ਹੀ ਸੀ ਅੱਜ ਤੈਨੂੰ ਲੱਗਣੀ ਸੀ। ਕਿਉਂ? ਤੇਰੀ ਫੇਵਰਿਟ ਚੀਜ਼ ਬਈ ਏ। ਫਤਿਹ ਨੂੰ ਕੀ ਹੋਇਆ? ਮੇਰੇ ਸੋਹਣੇ ਨੂੰ ਕਿਉਂ, ਮੇਰੇ ਲੱਡੂ ਨੂੰ ਕੀ ਹੋਇਆ, ਦੱਸੋ ਸਹੀ। ਰੋਟੀ ਖਾ ਕੇ ਸਵਰ ਨਹੀਂ ਹੋਇਆ? ਅੱਛਾ ਲੱਗਦਾ ਵਾ, ਮੈਨੂੰ ਮਿਰਚ ਲੱਗਦੀ ਸੀ ਤੇ ਮੈਨੇ ਪਾਈਨਐਪਲ ਖਾ ਲਈ ਸੀ, ਤੇ ਪਾਈਨਐਪਲ ਦੇ ਉੱਤੇ ਮਿਰਚਾਂ ਦੇ, ਫਿਰ ਮੈਨੂੰ ਇੱਕ ਹੈਕ ਯਾਦ ਆਇਆ, ਪਾਈਨਐਪਲ ਦੇ ਉੱਤੇ ਮਿਰਚ ਤੇ ਸ਼ੂਗਰ ਨੂੰ ਮਿਕਸ ਕਰਕੇ ਪਾ ਕੇ ਉਹ ਸਵਾਦ ਲੱਗਦਾ। ਉਹ ਤੇ ਉਂਝ ਹੀ ਇੰਨਾ ਮਿੱਠਾ ਸੀ, ਆ ਸਵਾਦ ਲੱਗਦਾ ਪਿਆ ਨਹੀਂ, ਹੈਵਿਟ ਬੜਾ ਸਵਾਦ ਲੱਗਦਾ। ਫਰੈਂਡਸ ਹੁਣ ਅਸੀਂ ਜਾ ਰਹੇ ਹਾਂ ਟਿਊਸ਼ਨ ਤੇ, ਤੁਹਾਨੂੰ ਅਸੀਂ ਆ ਕੇ ਮਿਲਾਂਗੇ ਟਿਊਸ਼ਨ ਤੋਂ, ਫਿਰ ਆਪਾਂ ਜਾਵਾਂਗੇ ਸ਼ਹਿਰ।
ਆਪਣਾ ਸਮਾਨ ਚੁੱਕ ਲਿਆ। ਓਏ ਟੀਕੂ ਜੀ, ਪੀਕੂ ਤੂੰ ਐਵੇਂ ਪੈ ਜਾਂਦਾ ਪ੍ਰਾਹੁਣਾ ਬਣ ਕੇ ਰੋਜ਼, ਤੇਰੀ ਅੱਜ ਫੇਰ ਨਾ ਉਹੀ ਹੋ ਜਾਏ ਕਿਧਰੇ। ਦਾਦੀ ਬਣਾ ਲਈ ਤੇਰੀ ਨੂੰ, ਕਹਿੰਦਾ ਵੀਡੀਓ ਬੰਦ ਕਰੋ ਆ ਜਾ। ਮਾੜੇ ਜਿਹਾ ਨੱਕ ਤੋਂ ਤੇ ਲੱਤ ਤੋਂ ਥੋੜੇ ਵਾਲ ਉੱਡੇ ਨੇ ਬਸ, ਹੋਰ ਕੀ। ਫਤਿਹ ਬੱਚੀ ਨਾ ਨਿਕਲ ਜਾ ਫਤਿਹ, ਪੱਕੀ ਗੱਲ ਚਲ ਉਧਰ ਕਰਾ ਗਿਆ ਫਤਿਹ, ਡਰਦਾ ਅੰਦਰ ਨੀ ਵੜਦਾ ਡਾਕਟਰ ਤੋਂ, ਪਤਾ ਨੀ ਕੀ ਕਰੇਗਾ ਡਾਕਟਰ। ਚੀਕੂ ਚੀਕੂ ਚੀਕੂ, ਤੇਰੀ ਵੀ ਆਈ ਟੈਸਟ ਕਰਾਈਏ, ਲਕੋਲਿਆ ਮੂੰਹ ਚੀਕੂ ਨੇ, ਤੇਰੀ ਆਈ ਟੈਸਟ ਕਰਾਈਏ, ਉਹ ਤੁਹਾਡੀ ਨੂੰ ਲੁੱਕ ਜਾਂਦਾ ਹੋਏ ਚੀਕੂ, ਲੁੱਕਣਾ ਪਿਆ ਤੂੰ। ਉਧਰ ਮੰਮਾ ਦੀ ਵੀ ਚੱਕ ਹੁੰਦੀ ਹੈ ਵੀ ਇਹਨੇ ਸੀਰਤ ਦੀ ਫਤਿਹ ਦੀ ਸਾਰਿਆਂ ਦੀ ਆਈ ਟੈਸਟਿੰਗ ਹੋਈ ਆ। ਡਰ ਗਿਆ ਸੀ ਚੀਕੂ ਸਾਡਾ, ਯਾਦ ਰੱਖੇਗਾ ਤੂੰ ਵੀ ਆ ਬੰਦੇ ਦਾ ਪੁੱਤ ਸੀ ਤੂੰ ਕੋਈ ਲਿਆ ਕੇ ਬਸ ਕੀ ਚੁੱਕਿਆ, ਬੜਾ ਸੋਹਣਾ ਘੈਂਟ, ਪਤਾ ਲੱਗ ਰਿਹਾ ਵੀ ਕੋਈ ਕਵਰ ਹੈ ਵੇ। ਫਰੈਂਡਸ,
ਹੁਣ ਪਾਪਾ ਹਰਾਂ ਨੇ ਕੂਰੀਅਰ ਵਗੈਰਾ ਲਗਵਾਣੇ ਸਨ, ਇਸ ਕਰਕੇ ਮੈਂ ਤੇ ਵੇਟ ਕਰ ਰਹੀ ਆ। ਸਾਰੇ ਲੱਗ ਗਏ ਨੇ, ਮੈਂ ਤੇ ਆ ਗਈ ਆ ਅੰਦਰ। ਮੰਮਾ ਵੀ ਬੜੇ ਟਾਈਮ ਬਾਅਦ, ਮੈਂ ਕੱਲੀ ਚੀਕੂ ਦੇ ਨਾਲ ਮਸਤੀ ਕਰਦੀ ਪਈ ਸੀ ਤੇ ਚੀਕੂ ਵੀ ਧੋਖਾ ਦੇ ਗਿਆ, ਉਹ ਵੀ ਸੋ ਗਿਆ ਤੇ ਮੈਂ ਬੋਰ ਹੁੰਦੀ ਵੀ ਸੀ। ਹੁਣ ਫਾਈਨਲੀ ਮੰਮਾ ਆ ਗਏ ਨੇ, ਇਸ ਕਰਕੇ ਹੁਣ ਅਸੀਂ ਦੋਨੋਂ ਇਕੱਠੀਆਂ ਬੋਰ ਹੋਵਾਂਗੀਆਂ। ਯੈਸ, ਚੀਕੂ ਵਾਸਤੇ ਕੁਝ ਲੈਣਾ ਹੈ, ਹੁਣ ਉੱਥੇ ਚੱਲਨੇ ਆ ਆਪਾਂ। ਕੀ ਲੈਣਾ? ਮੈਂ ਚੀਕੂ ਵਾਸਤੇ ਛੋਟੀ ਜਿਹੀ ਬਾਸਕਟ ਲੈਣੀ, ਉਹਦੀ ਏਡੀ ਵੱਡੀ ਟੋਕਰੀ ਹੈ ਵਿਚਾਰੇ, ਜਦੋਂ ਕਿਤੇ ਲੈ ਕੇ ਜਾਈਦਾ ਹਨਾ, ਤੇ ਛੋਟੀ ਜਿਹੀ ਬਾਸਕਟ ਲਵਾਂਗੇ ਜਿਹਨੂੰ ਪਰਸ ਵਾਂਗੂ ਕੈਰੀ ਕਰਾਂਗੇ। ਗਾਈਸ ਵੇਖੋ, ਹੁਣ ਗੱਡੀ ਵਿੱਚ ਵੀ ਚੀਕੂ ਜਿਵੇਂ ਬੱਚਿਆਂ ਵਾਂਗੂ ਘਰ ਪਿੱਲੋ ਤੇ ਸੁਣਦੇ ਨਾ, ਉਵੇਂ ਵੇਖੋ ਮੈਂ ਹੱਥ ਰੱਖਿਆ। ਚੀਕੂ ਪਿਆਰਾ, ਚੀਕੂ ਨੇ ਸੀਤ ਆ ਜਾ ਬੇਟਾ, ਤੂੰ ਤੇ ਗੱਡੀ ਚੋਂ ਸੋ ਗਈ ਹੈਗੇ? ਨਹੀਂ, ਸ਼ੂਜ਼ ਮੈਂ ਤਾਰੇ ਸਨ, ਚੀਕੂ ਨੇ ਸਵਾਇਆ ਸੀ। ਪਹਿਲੇ ਫੜ ਸ਼ੂਜ਼ ਤਾਰ ਕੇ ਬਹਿ ਜਾ, ਨਹੀਂ ਫੜੋ। ਚਲੋ ਇਹੋ ਪਿੰਕ ਜੀ, ਨਹੀਂ ਉਹ ਵੀ ਜ਼ਿਆਦਾ ਛੋਟੀ ਮਨਿੰਦਰ ਉਹ ਕਿ ਠੀਕ ਹੈ? ਨਹੀਂ ਬਹੁਤ ਹੈ, ਹੈ ਠੀਕੂ। ਇਹ ਕੁਆਲਿਟੀ ਕਿਵੇਂ ਦੀ ਹੈ? ਠੀਕ ਹੈ, ਕੁਆਲਿਟੀ ਨੂੰ ਹੀ ਇਸੇ ਕਿਹੜਾ ਟਰੈਕਟਰ ਚੜਾਉਣਾ ਹੈ। ਉਹਦੇ ਆਡੀ ਵੱਡੀ ਨਹੀਂ ਲੈਣੀ ਫਿਰ। ਬੜੇ ਚੀਕੂ ਬੈਗ ਵੇ, ਚੀਕੂ ਚੈੱਕ, ਉਹ ਮੇਰੇ ਪੇਟ ਨਹੀਂ ਆ ਰਿਹਾ। ਕਲਰ ਇਹਦੇ ਜੋ ਹੋ ਰਿਹਾ ਨੇ, ਕਲਰ ਚੈੱਕ ਕਰਾ। ਮੂਵ ਕਰ ਵੀ ਲੇਗਾ, ਘੁੰਮ ਕੰਮ ਲੇਗਾ ਕਿ ਨਹੀਂ ਇਹਦੇ ਚ? ਨਹੀਂ ਚੰਗਾ, ਇਹ ਘੁੰਮ ਵੀ ਲੇਗਾ ਥੋੜਾ ਬਹੁਤਾ। ਆਪਣੇ ਆਪ ਕਰੋ ਆਪਣੇ ਫੋਨ ਤੋਂ ਬਾਈ, ਫੋਨ ਆਪਕਾ, ਪੇਮੈਂਟ ਆਪ ਕਰੋ ਬਾਈ। ਗਾਈਸ, ਇੱਕ ਤੇ ਮੈਨੂੰ ਸਮਝ ਨਹੀਂ ਆਂਦੀ ਕਿ ਚੀਕੂ ਨੂੰ ਰੋਟੀ ਖਾਣ ਤੋਂ ਬਾਅਦ ਹੁੰਦਾ ਕੀ, ਐਸਾ ਕੰਮਣਾ ਹੁੰਦਾ, ਮੇਰੇ ਪੈਰ ਨਹੀਂ ਛੱਡਦਾ। ਖੇਡਦਾ ਇਹਦਾ, ਇਹਦੀ ਗੇਮ ਉਹ ਕਦੀ ਮੇਰੇ ਪੈਰਾਂ ਨੂੰ ਚੱਕ ਮਾਰ ਮਾਰ ਬੁਰਾ ਹਾਲ ਕਰਤਾ। ਹੁਣ ਪੂਰਾ ਜਿੰਨਾ ਚਿਰ ਥੱਕਦਾ ਨੀ ਉਹਨਾਂ ਚ ਕਿੰਨੇ ਆਖਰ ਚੁੱਕ ਕੇ ਫਿਰ ਸੋ ਜਾਣੇ ਨੇ। ਇੱਕਦਮ ਐਵੇਂ ਸੋਣਾ ਕਿ ਜਿਵੇਂ ਪਤਾ ਨਹੀਂ ਕੀ ਹੋ ਗਿਆ, ਥੱਕਿਆ ਪਿਆ। ਚਲੋ ਗਾਈਸ, ਹੁਣ ਅਸੀਂ ਵੀ ਸੋਣਾ ਹੈ, ਟਾਈਮ ਕਾਫੀ ਹੋ ਗਿਆ, ਇਸ ਕਰਕੇ ਅਸੀਂ ਕਰਨੇ ਆਪਣੇ ਇਸ ਵਲੌਗ ਦਾ ਇੱਥੇ ਐਂਡ। ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ ਕਰਕੇ ਦੱਸੋ ਵਲੌਗ ਕਿਵੇਂ ਦਾ ਲੱਗਿਆ, ਸਾਡੇ ਚੈਨਲ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ, ਤੇ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਮਿਲਾਂਗੇ ਨੈਕਸਟ। ਚਲ ਚੀਕੂ, ਬਾਏ ਬਾਏ ਕਰਦੇ।